ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਪਨਗੋਟਾ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਦਦੇਰ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਪਨਗੋਟਾ। ਵੀਰ ਗੁਰਪ੍ਰੀਤ ਸਿੰਘ ਹੁਣਾਂ ਦੇ ਘਰ ਆਏ ਹਾਂ ਦੋਸਤੋ। ਤਰੀਕ ਤੁਸੀਂ ਅੱਜ ਨੋਟ ਕਰ ਸਕਦੇ ਜੇ 11 ਮਾਰਚ, ਸਮਾਂ ਹੋ ਗਿਆ ਮੋਰਨਿੰਗ ਦੇ 10:30 ਵਜੇ ਦਾ। ਦੋ ਪਸ਼ੂ ਦੋਸਤੋ ਅੱਜ ਆਪਾਂ ਤੁਹਾਨੂੰ ਇਸ ਘਰੋਂ ਦਿਖਾਉਣੇ ਆ। ਇੱਕ ਵੈੜ ਸੂਈ ਸਵਾਈ ਦਿਖਾਵਾਂਗੇ, ਇੱਕ ਗੱਬਣ ਤਿਆਰ ਵੈੜ ਦਿਖਾ ਦਾਂਗੇ। ਦੋਵੇਂ ਪਸ਼ੂਆਂ ਦੀ ਡਿਟੇਲ ਓਨਰ ਵੀਰ ਗੁਰਪ੍ਰੀਤ ਸਿੰਘ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਦੋਸਤੋ, ਬਾਕੀ ਜਿਹੜਾ ਕੋਈ ਵੀਰ ਗੱਬਣ ਪਸ਼ੂ ਖਰੀਦਣ ਆ ਰਿਹਾ, ਬਿਲਕੁਲ ਚੌਂ ਥਾਂ ਦੀ ਆਪਣੀ ਤਸੱਲੀ ਆ, ਉਹ ਜ਼ਰੂਰ ਘਰ ਆਣ ਕੇ ਕਰ ਲਿਆ ਕਰੋ, ਠੀਕ ਆ ਜੀ। ਨਰਕ ਪਰਖਾ ਉਹ ਆਪਣੀ ਜ਼ਰੂਰ ਕਰ ਲਿਆ ਕਰੋ, ਠੀਕ ਆ ਜੀ। ਜਿਹੜਾ ਪਸ਼ੂ ਸੋਇਆ ਸੋਇਆ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਉਹਨੂੰ 2 ਟਾਈਮ ਚੋਕੇ, 3 ਟਾਈਮ ਚੋਕੇ, 1 ਟਾਈਮ ਚੋਕੇ, ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਤਸੱਲੀ ਹੁੰਦੀ ਆ, ਉੱਦਾਂ ਆਪਣੀ ਜਿਹੜੀ ਦੋਸਤੋ ਤਸੱਲੀ ਜ਼ਰੂਰ ਕਰਿਆ ਕਰੋ, ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਕਿਸੇ ਵੀਰ ਨੂੰ, ਕਿਸੇ ਭਰਾ ਨੂੰ ਨਾ ਕਰਨਾ ਪਵੇ, ਠੀਕ ਆ। ਅਤੇ ਬਾਕੀ ਦੋਸਤੋ, ਇਸ ਕਰੋ ਆਪਾਂ ਪਹਿਲਾਂ ਕਾਫੀ ਵੀਡੀਓ ਪਾਈਆਂ ਨੇ, ਪਸ਼ੂ ਵਪਾਰ ਦਾ ਕੰਮ ਆ, ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ। ਬਾਕੀ ਤੁਸੀਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ, ਆਏ ਨਵੇਂ ਪਸ਼ੂਆਂ ਬਾਰੇ ਵਧੇਰੇ ਡਿਟੇਲ ਜਿਹੜੀ ਆ ਉਹ ਲੈ ਸਕਦੇ ਜੀ। ਆਓ ਕਰਦੇ ਹਾਂ ਗੱਲਬਾਤ ਵੀਰ ਗੁਰਪ੍ਰੀਤ ਸਿੰਘ ਦੇ ਨਾਲ। ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ, ਕੀ ਹਾਲ ਨੇ ਵੀਰ? ਵਧੀਆ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਗੁਰਪ੍ਰੀਤ, ਹੋਰ ਠੀਕ ਠਾਕ ਜੀ? ਵਧੀਆ ਚੜ੍ਹਦੀ ਗੱਲ। ਅੱਛਾ ਵੀਰ, ਅੱਜ ਆਪਣੇ ਕੋਲ ਪਸ਼ੂ ਵੈਸੇ 2 ਪਕਾਊ ਆ। ਹਾਂਜੀ ਹਾਂਜੀ। ਇੱਕ ਵੈੜ ਤਾਜ਼ੀ ਸੂਈ ਸਾਈ ਆ, ਤੁਸੀਂ ਦੱਸਿਆ ਵੀ ਥੋੜੇ ਕੁ ਦਿਨ ਹੋਏ ਆ ਸੂਈ ਨੂੰ, ਤੇ ਇੱਕ ਵੈੜ ਗੱਬਣ। ਹਾਂਜੀ ਹਾਂਜੀ, ਠੀਕ ਆ। ਤੇ ਵੀਰ ਗੁਰਪ੍ਰੀਤ, ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆਪਣੇ ਕੋਲ? ਹਾਂਜੀ ਹਾਂਜੀ, ਆਉਂਦੇ ਰਹਿੰਦੇ ਜਾਂਦੇ ਰਹਿੰਦੇ। ਠੀਕ ਹੈ ਜੀ। ਤੇ ਲਓ ਵੀ ਦੋਸਤੋ, ਇਹ ਦੋ ਪਸ਼ੂਆਂ ਦੀ ਡਿਟੇਲ ਆਪਾਂ ਸ਼ੁਰੂਆਤ ਇਸ ਜਿਹੜੀ ਸੂਈ ਵੈੜ ਤੋਂ ਕਰ ਲੈਂਦੇ ਆ, ਤੇ ਵੀਰ ਗੁਰਪ੍ਰੀਤ ਦੀ ਡਿਟੇਲ ਕਰੀਏ ਸਾਂਝੀ। ਸੂਆ ਕਿੰਨਾ ਹੋ ਗਈ ਹੈ? ਇਹ ਸੂਆ ਦੂਸਰਾ ਸੰਧੂ ਸਾਹਿਬ, ਦੂਜਾ ਸੂਆ। ਹਾਂਜੀ। ਅੱਜ ਕਿੰਨੇ ਕੁ ਦਿਨ ਹੋ ਗਏ ਨੇ ਸੂਈ ਨੂੰ? ਇਹਨੂੰ ਕੋਈ ਸੰਧੂ ਸਾਹਿਬ ਲਗਭਗ 20 ਦਿਨ ਹੋ ਗਏ ਸੂਈ। 20 ਦਿਨ ਹੋ ਗਏ। ਹਾਂਜੀ ਹਾਂ, ਠੀਕ ਹੈ ਜੀ। ਅੱਛਾ ਵੀਰ ਗੁਰਪ੍ਰੀਤ, ਤਾਂ ਬੱਚਾ ਮਗਰ ਦੇ ਕੀ ਆ ਗਿਆ? ਬੱਚਾ ਇਹਦੇ ਮਗਰ ਵੱਛਾ ਆ ਗਈ ਆ। ਲਓ ਜੀ, ਮਗਰ ਵੱਛਾ ਦੋਸਤੋ 20 ਕੁ ਦਿਨਾਂ ਦਾ ਸੂਆ। ਆਹ ਬੱਚਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੀ, ਠੀਕ ਆ ਜੀ। ਆਹ ਵੱਛਾ ਮਗਰ, ਠੀਕ ਆ, ਠੀਕ ਆ। ਅੱਛਾ ਵੀਰ ਗੁਰਪ੍ਰੀਤ, ਹੁਣ ਦੁੱਧ ਕਿੰਨਾ ਕੁ ਹਾਜ਼ਰ ਹੈ? ਦੁੱਧ ਸੰਧੂ ਸਾਹਿਬ ਇਹ ਥੱਲੇ 15+ ਤੇ ਚੱਲਣ ਡਈ ਐ ਇਸ ਵਕਤ। 15+ ਤੇ? ਹਾਂਜੀ ਹਾਂਜੀ, ਠੀਕ ਹੈ ਜੀ। ਬਾਕੀ ਥਾਂ ਥੁਣ ਬਹੁਤ ਵਧੀਆ ਕਰਮਾਲੀ ਦਾ। ਠੀਕ ਹੈ ਜੀ। ਹਾਂਜੀ, ਤੇ ਚੋਣ ਚਾਣ ਬਿਲਕੁਲ ਸਾਫ਼? ਮੈਂ ਤਾਂ ਬਿਲਕੁਲ ਐ ਸਾਫ਼ ਪੋਲੀ ਆ ਜੀ। ਠੀਕ ਹੈ ਜੀ। ਹਾਂਜੀ, ਲਓ ਦੋਸਤੋ, ਵਿੱਚ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਵੀਡੀਓ ਦੇ ਵਿੱਚ, ਤੁਸੀਂ ਦੇਖ ਲੈਣੀਆਂ, ਠੀਕ ਆ। ਕੋਈ 5-5, 7-7 ਧਾਰਾਂ ਮਾਰ ਕੇ ਤਸੱਲੀ ਜ਼ਰੂਰ ਆਪਾਂ ਕਰਵਾ ਦਾਂਗੇ ਨਾਲ ਦੀ ਨਾਲ ਹੀ। ਬਾਕੀ ਥਾਂ ਥੁਣ ਹੱਥੀ ਚਵਾਈ ਵਾਲਾ, ਚਾਰੇ ਥਾਂ ਦੀ ਸਪੇਸ ਆ ਵੰਡ ਤੁਹਾਡੇ ਸਾਹਮਣੇ ਆ। ਦੁੱਧ ਵੀਰ ਗੋਭੀ ਦੱਸਿਆ ਕਿੰਨਾ? 15 ਕਿ 14? 15+ ਆ ਜੀ। 15+? ਹਾਂਜੀ ਹਾਂਜੀ, ਐਵਤ 15+ ਤੇ ਚੱਲਣ ਡਈ। ਠੀਕ ਹੈ ਜੀ। ਹਾਂਜੀ, ਲਓ ਦੋਸਤੋ, 15+ ਤੇ ਕਰਮ ਵਾਲੀ ਚੱਲਣ ਡਈ ਆ। ਬਾਕੀ ਕੱਦ ਕਾਠ ਫੁੱਲ ਵੱਡਾ, ਕੋਈ ਦੂਰੋਂ ਨੇੜਿਓਂ ਵੀਰ ਆ ਰਿਹਾ ਤੇ ਜ਼ਰੂਰ ਤੁਸੀਂ ਧਿਆਨ ਰੱਖ ਕੇ ਸੌਦਾ ਕਰ ਲਿਓ ਵੀ ਵੱਡੇ ਕੱਦ ਕਾਠ ਦੇ ਵਿੱਚ ਆ। ਇੱਕ ਥੋੜ੍ਹਾ ਜਿਹਾ ਸਕਿਨ ਤੇ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਵੀ ਪਿਛਲੀ ਵਾਰ ਦੋਸਤੋ ਜਿਹੜੀ ਇੱਕ ਲੰਪੀ ਸਕਿਨ ਨਾਮ ਦੀ ਬਿਮਾਰੀ ਆਈ ਸੀ ਪਸ਼ੂਆਂ ਦੇ ਵਿੱਚ, ਉਹਦੇ ਨਿਸ਼ਾਨ ਜਿਹੜੇ ਦੋਸਤੋ ਕਈ ਪਸ਼ੂਆਂ ਦੇ, ਚਲੋ ਅਨਫੋਰਚੂਨੇਟਲੀ ਉਹਨਾਂ ਟਾਈਮਾਂ ਦੇ ਵਿੱਚ ਹਾਨੀ ਵੀ ਹੋਈ ਆ, ਬਾਕੀ ਜਿਹੜੇ ਪਸ਼ੂ ਕਈ ਬਚ ਗਏ ਆ ਉਹਨਾਂ ਦੇ ਉੱਪਰ ਹਮਲਾ ਜ਼ਰੂਰ ਹੋਇਆ ਸੀਗਾ ਇਸ ਬਿਮਾਰੀ ਦਾ, ਪਰ ਜਿਹੜੇ ਆ ਮੋਟੇ ਤੌਰ 'ਤੇ ਤੁਹਾਨੂੰ ਦਿਖਾ ਦਿੰਦੇ ਆ, ਇਹ ਨਿਸ਼ਾਨ ਜਿਹੜੇ ਆ ਉਹਨਾਂ ਲੰਪੀ ਸਕਿਨ 'ਤੇ ਜ਼ਰੂਰ ਛੱਡ ਗਈ ਸੀ ਛਾਪ ਆਪਣੀ, ਅਤੇ ਇਹ ਨਿਸ਼ਾਨ ਬਿਲਕੁਲ ਤੁਹਾਨੂੰ ਦਿਖਾਈ ਦੇਣਗੇ ਉੱਪਰ ਸਕਿਨ 'ਤੇ, ਫਿਲਹਾਲ ਬਚੇ ਆ ਉਹ ਨਿਸ਼ਾਨ ਜ਼ਰੂਰ ਤੁਹਾਨੂੰ ਦਿਖਾਈ ਦੇਣਗੇ, ਠੀਕ ਆ। ਅਤੇ ਇਹ ਵੈੜ ਆ ਵੀਰ ਗੁਰਪ੍ਰੀਤ ਸਿੰਘ ਦੇ ਕੋਲ, ਅਤੇ ਵੀਰ ਗੁਰਪ੍ਰੀਤ ਇਹੋ ਗੱਲ ਮੇਨ ਸੀਗੀ ਆਪਣੇ ਵੀ ਜਿਹੜੇ ਭੈਣ ਭਰਾ ਨੂੰ ਇਹ ਵੀ ਦੱਸਣੀ ਜ਼ਰੂਰੀ ਸੀ। ਹਾਂਜੀ ਹਾਂਜੀ, ਜ਼ਰੂਰੀ ਆ ਜੀ। ਠੀਕ ਹੈ ਜੀ, ਬਾਅਦ ਵਿੱਚ ਕੋਈ ਇੱਥੇ ਸੱਜਣ ਆ ਕੇ ਚੋ ਕੇ ਤਾਂ ਚਲੋ ਤਸੱਲੀ ਕਰ ਸਕਦਾ, ਹਾਂਜੀ ਹਾਂਜੀ, ਪਰ ਜੇ ਉਹ ਨਾ ਦੱਸੀ ਅਗਲਾਂ ਦਾ ਵੀ ਇੱਥੇ ਆਣ ਕੇ ਵੀ ਪਰ ਵੀਰ ਦੱਸਿਆ ਨਹੀਂ ਕਰ। ਹਾਂਜੀ ਹਾਂਜੀ, ਠੀਕ ਆ। ਅਤੇ ਚਲੋ ਵੀਰ ਗੁਰਪ੍ਰੀਤ ਦੇਖੋ ਵੀ ਖੋਲ੍ਹ ਕੇ ਤੋੜ ਕੇ ਦਿਖਾਈਏ,
ਲਓ ਦੋਸਤੋ ਕੱਦ ਵੱਡਾ 15 ਤੋਂ ਪਲੱਸ ਇਸ ਵਾਇਰ ਦੇ ਥੱਲੇ ਦੁੱਧ ਹਾਜ਼ਰ ਆ। ਸੋ ਕੋਈ ਵੀਰ ਆਪਣੀ 2 ਟਾਈਮ ਚੋਲੇ 3 ਟਾਈਮ ਚੋਲੇ ਜਿੱਦਾਂ ਵੀ ਤਸੱਲੀ ਉੱਦਾਂ ਹੀ ਆਪਣੀ ਕਰ ਸਕਦਾ ਕੋਈ ਭਰਾ। ਆ ਲਓ ਜੀ ਠੀਕ ਹੈ ਜੀ। ਅਤੇ ਕੱਦ ਦੋਸਤੋ ਇੱਕ ਵਾਰੀ ਫਿਰ ਮੈਨਸ਼ਨ ਕਰ ਦਿੰਦੇ ਹਾਂ, ਫੁੱਲ ਵੱਡਾ ਫੁੱਲ ਵੱਡੀ ਹਾਈਟ ਆ। ਜਿੱਦਾਂ ਕਿ ਨੋਰਮਲ ਆਪਾਂ ਐਚ ਐਫ ਬਰੀਡ ਦੇ ਵਿੱਚ ਬਹਿਣਾ ਦੇਖਦੇ ਹਾਂ ਵੱਡੇ ਕੱਦ ਦੀਆਂ, ਠੀਕ ਹੈ ਜੀ, ਉੱਡੀ ਬੈੜ ਹੈਗੀ ਆ ਫੁੱਲ ਵੱਡੀ ਹਾਈਟ ਦੀ। ਸੋ ਚਾਰੇ ਪਾਸੇ ਇੱਕ ਵਾਰੀ ਤੁਹਾਨੂੰ ਸੁਣ ਵੀ ਜ਼ਰੂਰ ਤਸੱਲੀ ਨਾਲ ਦਿਖਾ ਦਿੰਦੇ ਹਾਂ। ਅੱਛਾ ਵੀਰ ਗੋਭੀ ਵੰਗਾ ਵੁੰਗਾ ਪਾ ਲੈਂਦੇ ਹਾਂ? ਨਹੀਂ, ਵੰਗੇ ਤੋਂ ਬਗੈਰ ਚੋਈਦੀ ਹੈ ਵੀ ਠੰਡੀ ਧੀਰੀ ਇਸੇ ਤਰ੍ਹਾਂ। ਬਿਲਕੁਲ ਜੀ, ਠੀਕ ਹੈ ਜੀ। ਹਾਂਜੀ, ਲੈ ਵੀਰ ਗੋਭੀ ਤਾਂ ਤੋਰ ਲਿਆ ਜੀ। ਲਓ ਦੋਸਤੋ ਬਿਨਾਂ ਵੰਗੇ ਬਿਨਾਂ ਜੂੜ ਪਾਇਆ ਜਿਹੜੀ ਇਹਦੀ ਚਵਾਈ ਹੁੰਦੀ ਆ, ਅਤੇ ਜਿੱਦਾਂ ਮਰਜ਼ੀ ਕੋਈ ਵੀਰ ਆਪਣੀ ਆਣ ਕੇ ਤਸੱਲੀ ਕਰ ਸਕਦਾ। ਠੀਕ ਆ, ਆਹ ਦੇਖੋ, ਠੀਕ ਹੈ ਜੀ, ਠੀਕ ਹੈ ਜੀ। ਸੋ ਸਾਹਮਣੇ ਜਿਹੜਾ ਬੱਚਾ ਵੀ ਤੁਸੀਂ ਇੱਕ ਵਾਰੀ ਨਜ਼ਰ ਜ਼ਰੂਰ ਮਾਰ ਲਓ, ਆ ਬੱਚਾ ਜੇ ਬੱਚਾ ਮੇਲ ਕਾਫ, ਠੀਕ ਹੈ ਜੀ, ਤੋਰ ਲਓ। ਅੱਛਾ ਵੀਰ ਗੁਰਪ੍ਰੀਤ ਕੀ ਡਿਮਾਂਡ ਕਰਦੇ ਆ ਭਰਾ ਜੀ? ਡਿਮਾਂਡ ਇਹਦੀ ਸੰਧੂ ਸਾਹਿਬ ਜੀ, ਵੈਸੇ ਤੇ ਵੈਟ ਜੇ ਬਿਮਾਰੀ ਬਿਮੂਰੀ ਨਾ ਹੁੰਦੀ ਉੱਪਰ ਫਿਰ ਤੇ 55-60 ਦੀ ਸੀ। ਹਾਂਜੀ, ਹੁਣ ਰੇਟ ਦਾ ਆਪਾਂ ਬਿਮਾਰੀ ਬਿਮੂਰੀ ਦਾ ਕਰਕੇ 47,000 ਰੁਪਇਆ ਕਰਦੇ ਆ, ਜਿਹਦੇ ਵਿੱਚੋਂ ਆਪਾਂ ਮਾਣ ਤਾਣ ਕਰਕੇ 45,000 ਦੀ ਆਪਾਂ ਦੇ ਦਾਂਗੇ। 45 ਦੀ? ਹਾਂਜੀ ਹਾਂਜੀ, ਠੀਕ ਹੈ ਜੀ, ਹਾਂਜੀ। ਲਓ ਦੋਸਤੋ ਬਿਲਕੁਲ ਇੱਕ ਉਵੇਂ ਦਾ ਨਿਸ਼ਾਨ ਨਿਸ਼ੂਨ ਹੋਣ ਕਰਕੇ ਵੀਰਾਂ ਦਾ ਵੀ ਆਪਾਂ ਜਿਹੜਾ ਭਾਵੇਂ ਡਿਮਾਂਡ ਵੱਧ ਕਰਦੇ, ਪਰ ਅੱਜ ਜਿਹੜੀ ਆ ਦੋਸਤੋ 47,000 ਦੀ ਇਹ ਤੁਹਾਨੂੰ ਮਿਲ ਜੂਗੀ। 47 ਦੇ ਵਿੱਚੋਂ ਮਾਣ ਤਾਣ? ਹਾਂਜੀ, ਮੈਂ ਤੁਹਾਨੂੰ ਦੱਸਿਆ ਵੀ 47 ਮੁੱਲ ਕਰਦੇ ਹਾਂ, ਤਾਂ ਉਹਦੇ ਵਿੱਚੋਂ ਆਪਾਂ ਮਾਣ ਤਾਣ ਕਰਕੇ 45 ਦੀ ਦੇ ਦਾਂਗੇ। 45 ਯੈਸ ਨੋ? ਜਿਹੜੀ ਯੈਸ ਨੋ 45 ਹੈ। ਲਓ ਜੀ 45,000 ਦੀ ਭਰਾਵੋ ਇਹ ਤੁਹਾਨੂੰ ਵੈੜ ਮਿਲ ਜੂਗੀ। ਬਾਕੀ ਵੈੜ ਤੁਹਾਨੂੰ ਪ੍ਰੋਪਰ ਦਿਖਾਤੀ ਹੈ। 2 ਟਾਈਮ ਕੋਈ ਚੋਲੇ ਆਪਣੇ ਘਰੇ, 3 ਟਾਈਮ ਚੋਲੇ ਭਾਵੇਂ, ਠੀਕ ਹੈ। ਹਾਂਜੀ ਹਾਂਜੀ, ਆਪਣੀ ਗਰੰਟੀ ਹੋਊਗੀ, ਠੀਕ ਹੈ ਵੀਰ। ਹਾਂਜੀ, ਲਓ ਦੋਸਤੋ ਇਹ ਵੈੜ ਪਹਿਲੇ ਨੰਬਰ ਤੇ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ, ਇੱਕ ਸੈਕਿੰਡ ਨੰਬਰ ਤੇ ਵੈੜ ਦਿਖਾਉਣੇ ਆ ਤੁਹਾਨੂੰ, ਇਹ ਗੱਬਣ ਆ, ਠੀਕ ਹੈ ਜੀ। ਤੇ ਗੁਰਪ੍ਰੀਤ ਵੀਰ ਇਹਦਾ ਸੂਗਾ ਕਿਨਵਾ ਹੋਊਗਾ? ਇਹਦਾ ਸੂਗਾ ਦੂਸਰਾ ਜੀ ਸੰਧੂ ਸਾਹਿਬ, ਦੂਸਰਾ ਸੂਗਾ। ਹਾਂਜੀ, ਤੇ ਸਮਾਂ ਲੈਂਦੀ ਹੈ ਜੀ? ਹਾਂਜੀ, ਹਲੇ ਲੈ ਜੂਗੀ ਘੱਟੋ ਘੱਟ 5-7 ਦਿਨ। 5-7 ਕੁ ਦਿਨ? ਹਾਂਜੀ, ਆ ਲਓ ਜੀ 5-7 ਕੁ ਦਿਨ ਦੋਸਤੋ, ਹੋ ਜੇ ਸਮਾਂ ਬਾਕੀ ਹੈ ਸੂਣ ਦੇ ਵਿੱਚ। ਭੁਲਾ ਭੁਲਾ ਪਈਆਂ ਸੰਧੂ ਸਾਹਿਬ, ਇਹਨੂੰ ਥਣ ਨੋਕ ਵਾਲਾ ਆਇਆ, ਬਿਲਕੁਲ ਵਧੀਆ ਮੁੱਠੀ ਵਾਲੇ ਚਵਾਈ ਆ। ਸੋ ਨੋਰਮਲ ਦਰਮਿਆਨ ਦੀਆਂ ਭਲਾਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਉਲਟ ਬਹਿਣੀ ਵਾਲੇ ਪਾਸੇ ਦੋਸਤੋ, ਹਵਾਨੇ ਦੇ ਵਿੱਚ, ਠੀਕ ਹੈ ਜੀ। ਇੱਕ ਪਾਸੇ ਥੋੜ੍ਹਾ ਭਾਰਾ ਤੁਹਾਨੂੰ ਜਿਹੜੀਆਂ ਭਲ ਭੁਲ ਨਜ਼ਰ ਆਊਗੀ ਹਵਾਨੇ ਲੇਵੇ ਤੇ ਪੈ ਜਾਂਦੀ ਪਸ਼ੂਆਂ ਦੇ ਵਿੱਚ, ਤੇ ਸੂਆ ਦੂਜਾ, ਤੇ ਟਿੱਪਣ ਤੋਂ ਪਣ ਆਪਣੀ ਵੀਰ ਗੁਰਪ੍ਰੀਤ ਚੌਥ ਥਣਾ ਦੀ ਤਸੱਲੀ। ਹਾਂਜੀ, ਆਪਣੀ ਤਸੱਲੀ ਹੋਈ ਜੀ, ਜਿੰਨੇ ਖੜਨੀ ਆ ਉਹ ਤਸੱਲੀ ਕਰਕੇ ਖੜੇ ਵੀ, ਆਪਦੀ ਤਸੱਲੀ ਕਰਕੇ ਲੈ ਗਏ। ਹਾਂਜੀ ਹਾਂਜੀ, ਆਪਣੇ ਘਰੋਂ ਆਪਣੀ ਤਸੱਲੀ ਕਰਕੇ ਖੜੇ। ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂਜੀ, ਲਓ ਦੋਸਤੋ ਅੱਗੋਂ ਓਨਰ ਦੀ ਗੱਲ ਕਰ ਲਈਏ ਚਾਹੇ ਵਪਾਰੀ ਵੀਰਾਂ ਦੀ ਗੱਲ ਕਰ ਲਈਏ, ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ। ਅੱਗੋਂ ਜਿਹੜੇ ਭਰਾ ਨੇ ਦੋਸਤੋ ਪੈਸੇ ਖਰਚ ਕਰਨੇ ਆਪਣੀ, ਬਿਲਕੁਲ ਚੌਂ ਥਣਾਂ ਦੀ ਟਿੱਪ ਕੇ ਤਸੱਲੀ ਤੁਸੀਂ ਕਰ ਲਿਓ, ਠੀਕ ਆ। ਥਣ ਵੈਸੇ ਮੋਟਾ ਹੱਥੀ ਚੁਕਾਈ ਵਾਲਾ ਥਣ ਆ, ਵਿਰਲਾ ਵੁਰਲਾ ਚੰਗੀਆਂ ਨੇ ਆਪਸੀ ਥਣਾਂ ਦੀਆਂ, ਅਤੇ ਹਾਈਟ ਵੀ ਇਸ ਵੈਟ ਦੀ ਬਿਲਕੁਲ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ, ਠੀਕ ਹੈ ਜੀ।
ਤੇ ਹਜੇ ਦਿਨ ਕਰਮਾਂ ਵਾਲੀ ਲੈ ਜੂਗੀ, ਕੋਈ ਪੰਜ ਲੈ ਜੇ, ਸੱਤ ਕੁ ਦਿਨ ਲੈ ਜੇ, ਇੰਨਾ ਕੁ ਸਮਾਂ ਹਜੇ ਬਾਕੀ ਆ ਸੂਣ ਦੇ ਵਿੱਚ। ਅਤੇ ਲਿਆ ਵੀਰ ਗੁਰਪ੍ਰੀਤ, ਇਹਨੂੰ ਵੀ ਇੱਕ ਵਾਰੀ ਖੋਲ੍ਹ ਕੇ ਤੋਰੀਏ ਵੀਰ। ਲਓ ਜੀ, ਸੋ ਬਾਕੀ ਦੋਸਤੋ ਇੱਕ ਨਾਲ ਦੀ ਨਾਲ ਕਰੋਸ ਬਰੀਡ ਆ, ਜਿੱਦਾਂ ਕਿ ਸਾਰੇ ਵੀਰ ਇਹਨਾਂ ਦਿਨਾਂ ਤੋਂ ਬਾਅਦ ਦੀ ਗੱਲ ਕਰ ਲਈਏ, ਚਾਹੇ ਇਹਨਾਂ ਦਿਨਾਂ ਤੋਂ ਸ਼ੁਰੂਆਤ ਹੋ ਗਈ ਆ, ਖਰੀਦਣਾ ਪਸੰਦ ਕਰਦੇ ਆ ਕਰੋਸ ਬੈੜਾ ਨੇ, ਅਤੇ ਕਰੋਸ ਪਣ ਦੇ ਵਿੱਚ ਬਾਕੀ ਦਿਨ ਹਜੇ ਲੈ ਜੂਗੀ, ਠੀਕ ਆ ਜੀ, 6 ਲੈ ਜੇ, 7 ਲੈ ਜੇ, 5 ਲੈ ਜੇ, ਦਿਨ ਲੈ ਜੂਗੀ। ਦੂਜਾ ਸੂਆ ਸੂਣਾ, ਥਣ ਥੁਣ ਬਿਲਕੁਲ ਇੱਕੋ ਜਿਹਾ ਥਾਣਾ, ਚਾਰੇ ਥਣਾਂ ਦਾ ਸਾਈਜ਼ ਇੱਕੋ ਜਿਹਾ, ਠੀਕ ਹੈ ਜੀ, ਆਹ ਕਰੋ ਚੈੱਕ। ਹਾਂ ਤੋਰ ਵੀ ਵੀਰ ਗੁਰਪ੍ਰੀਤ, ਦੋਸਤੋ ਇਹ ਦੋ ਪਸ਼ੂ ਸੀ ਅੱਜ ਵੀਰ ਗੁਰਪ੍ਰੀਤ ਦੇ ਕੋਲ, ਇੱਕ ਸੂਈ ਬੈੜਾ, ਇੱਕ ਗੱਭਣ, ਠੀਕ ਆ ਜੀ, ਤਿਆਰੀ ਆਲਮੋਸਟ ਕੰਪਲੀਟ ਹੀ ਸਮਝੋ ਤੁਸੀਂ, 5 ਲੈ ਜੇ, 4 ਦਿਨ ਲੈ ਜੇ, ਹੋ ਸਕਦਾ ਵੀ ਜਾਂਦਿਆਂ ਪਸ਼ੂ ਕੋਈ 2 ਦਿਨ ਕੱਢ ਕੇ ਵੀ ਸੂਕੇ, ਪਰ ਦਿਨ ਹਜੇ ਲੈਂਦੀ ਆ, ਠੀਕ ਆ, ਕੋਈ 5 ਲੈ ਜੇ, 4। ਸੰਧੂ ਸਾਹਿਬ ਥਾਂ ਥੋੜ ਬਹੁਤ ਵਧੀਆ, ਆਰਡਰ ਵੀ ਬਹੁਤ ਵਧੀਆ। ਹਾਂ ਹਾਂਜੀ, ਘੱਟੋ ਘੱਟ ਇਹਨੂੰ 14-15 ਕਿਲੋ ਦੁੱਧ ਤੇ ਚੋਣਾ ਹੀ ਚਾਹੀਦਾ। ਠੀਕ ਹੈ ਜੀ, ਹਾਂਜੀ ਠੀਕ ਹੈ। ਲਓ ਜੀ, ਤੇ ਗੁਰਪ੍ਰੀਤ ਵੀਰ ਇਹਦਾ ਫਿਰ ਮੁੱਲ ਕੀ ਕਰਤਾ ਜੇ? ਇਹਦਾ ਮੁੱਲ ਆਪਾਂ ਸੰਧੂ ਸਾਹਿਬ 45,000 ਰੁਪਇਆ ਕਰਦੇ ਆ। ਅੱਛਾ ਜੀ, ਜਿਹਦੇ ਵਿੱਚ 2,000 ਛੋਟ ਕਰ ਦਾਂਗੇ, 43,000 ਦੀ। ਹਾਂ 43 ਦੀ, ਹਾਂਜੀ ਹਾਂ। ਲਓ ਦੋਸਤੋ 43,000 ਦੀ ਇਹ ਤੁਹਾਨੂੰ ਬੈੜ ਮਿਲ ਜੂਗੀ। ਹਾਂਜੀ, ਤੇ ਬਾਕੀ ਸੰਧੂ ਸਾਹਿਬ ਜੇ ਕੋਈ ਜੋੜਾ ਹੀ ਲਊ ਤੇ ਹੋਰ ਮਾਣ ਤਾਣ ਕਰ ਦਿੱਤਾ ਜਾਊਗਾ ਉਹਦੇ ਚੋਂ, ਟੋਟਲ ਦੇ ਵਿੱਚੋਂ ਵੀ ਜਿੱਥੋਂ ਤੱਕ ਆਪਾਂ ਦੱਸਿਆ ਜੈਸ ਨੂੰ, ਉਹਦੇ ਵਿੱਚੋਂ ਹੋਰ ਹੋ ਜੂਗੀ ਛੋਟ। ਹਾਂਜੀ ਹਾਂਜੀ, ਠੀਕ ਹੈ। ਲਓ ਦੋਸਤੋ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ, ਕਿਸੇ ਵੀਰ ਨੇ ਜੋੜਾ ਵੀ ਪਾਉਣਾ ਹੁੰਦਾ, ਉਹ ਦੱਸਿਆ ਗਿਆ ਰੇਟ ਦੇ ਵਿੱਚੋਂ ਜੈਸ ਨੂੰ, ਉਹਦੇ ਵਿੱਚੋਂ ਮਾਣ ਤਾਣ ਹੋਰ ਵੀ ਖੁੱਲ੍ਹਾ ਹੋ ਜਾਊਗਾ ਕਿਸੇ ਵੀਰ ਦਾ ਜੇਕਰ ਜੋੜਾ ਪਾਉਂਦਾ। ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਕਿੱਥੋਂ ਕੁ ਤੱਕ ਜਿਹੜੀ ਹਾਂ ਨਾ ਹੁੰਦੀ ਆ, ਇਸ ਕਰਕੇ ਡਿਸੀਜਨ ਜਿਹੜੇ ਕਿਸੇ ਵੀਰ ਦਾ ਜਿੱਦਾਂ ਵੀ ਤੁਸੀਂ ਲੈਣਾ ਉੱਦਾਂ ਤੁਸੀਂ ਲੈ ਸਕਦੇ, ਜੇ ਸਿੰਗਲ ਸਿੰਗਲ ਖਰੀਦਣਾ ਪਸ਼ੂ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ, ਜੇ ਇਕੱਠੇ ਪਸ਼ੂਆਂ ਦਾ ਸੌਦਾ ਮਾਰਨਾ ਉਹ ਵੀ ਤੁਸੀਂ ਗੱਲਬਾਤ ਆਪਣੀ ਤੈਅ ਬਿਠਾ ਸਕਦੇ ਜੀ, ਠੀਕ ਆ। ਅਤੇ ਵੀਰ ਗੁਰਪ੍ਰੀਤ ਹੋਰ ਕੋਈ ਗੱਲਬਾਤ? ਹੋਰ ਸਾਹਿਬ ਇੱਕ ਤੁਹਾਨੂੰ ਦੱਸਿਆ ਸੀ ਉਹ ਆਪਾਂ, ਹਾਂਜੀ ਹਾਂਜੀ, ਇੱਕ ਦੋਸਤੋ ਜਰਸੀ ਬਰੀਡ ਦੇ ਵਿੱਚ ਬੈੜਾ ਵੀਰ ਦੇ ਕੋਲ, ਉਹ ਥੋੜ੍ਹੀ ਜੀ ਪ੍ਰੋਬਲਮ ਆ, ਠੀਕ ਆ ਜੀ, ਜਿਵੇਂ ਅਗਲੇ ਗੋਡੇ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਵੀ ਪਾਣੀ ਚਾਹੇ ਪਲਸ ਭਰ ਜਾਂਦੀ ਹੈ ਦੋਸਤੋ, ਉੱਠਣ ਬਹਿਣਾ ਥੋੜ੍ਹਾ ਤੰਗੀ ਆਉਂਦੀ ਆ। ਜਾਣਕਾਰ ਵੀਰ ਜਿਹੜਾ ਹੈਗਾ ਸਪੈਸ਼ਲਿਸਟ ਹੈਗਾ, ਚਾਹੇ ਡਾਕਟਰ ਸਾਹਿਬਾਨ ਚਾਹੇ ਕੋਈ ਵੀਰ ਜਾਣਕਾਰ ਹੋਵੇ ਜਿਹੜਾ ਵੀ ਟ੍ਰੀਟਮੈਂਟ ਦੱਸ ਸਕੇ ਵੀਰ ਗੁਰਪ੍ਰੀਤ ਸਿੰਘ ਉਹਨਾਂ ਨੂੰ, ਤਾਂ ਤੁਸੀਂ ਜ਼ਰੂਰ ਦੱਸ ਦਿਓ। ਬੈੜ ਤੁਸੀਂ ਵੇਖ ਕੇ ਚੈੱਕ ਕਰੋ ਦੋਸਤੋ, ਫੁੱਲ ਵੱਡੀ ਬੈੜ, ਕੱਦ ਕੱਦ ਇੱਕ ਬਰੀਡ ਪਰਪਸ ਉੱਪਰ ਵੀਰ ਕੰਮ ਕਰਨਾ ਚਾਹੁੰਦਾ, ਠੀਕ ਆ ਜੀ, ਇਹਨੂੰ ਰੱਖ ਕੇ ਆਉਂਦਾ ਵੀ ਘੱਟੋ ਘੱਟ ਵੀ ਚੰਗੇ ਸੋਹਣੇ ਜੀਵਨ ਭਰਵਾ ਕੇ ਰਖਾ ਕੇ ਕੋਈ ਚੰਗੇ ਚੰਗੇ ਬੱਚੇ ਲੈ ਲੈਣੇ ਆ ਇਸ ਬੈੜ ਤੋਂ, ਠੀਕ ਆ ਜੀ। ਅਤੇ ਰੱਖੀਏ ਘਰ ਵੀਰ ਨੇ, ਸੇਲ ਦੇ ਲਈ ਅਵੇਲੇਬਲ ਨਹੀਂ ਹੈਗੀ, ਨਸਲ ਬਰੀਡ ਦੇ ਵਿੱਚ ਫੁੱਲ ਵੱਡੀ ਆ, ਹਾਈਟ ਕੱਦ ਐਕਸਟਰਾ ਆਰਡਨਰੀ, ਬਹੁਤ ਘੱਟ ਜਰਸੀ ਆਪਾਂ ਬਰੀਡ ਦੇ ਵਿੱਚ ਏਡੀਆਂ ਬੈੜਾਂ ਵੇਖੀਆਂ ਹੋਣਗੀਆਂ। ਅਤੇ ਇੱਕ ਗੱਲ ਇਹਦੇ ਬਾਰੇ ਆਪਾਂ ਇੰਨੀ ਕੁ ਕਰਨੀ ਆ ਵੀ ਆਹ ਗੋਡਾ ਤੁਸੀਂ ਵੇਖ ਰਹੇ ਜੇ, ਇਹ ਸਵੈਲਿੰਗ ਦੇ ਵਿੱਚ ਆ, ਜਿੱਦਾਂ ਕਿ ਪਾਣੀ ਜਾਂ ਪਲਸ ਕੋਈ ਚੀਜ਼ ਭਰੀ ਆ, ਪਰ ਵਿੱਚੋਂ ਨਿਕਲਦਾ ਜਾਂ ਸਿੰਮਦਾ ਕੁਛ ਨਹੀਂ ਗਾ, ਠੀਕ ਆ ਜੀ, ਪੋਲਾ ਹੈ। ਬਾਕੀ ਜਿਹੜਾ ਕੋਈ ਵੀਰ ਅੱਗੇ ਟ੍ਰੀਟਮੈਂਟ ਦੇ ਸਕਦਾ, ਚਾਹੇ ਵਪਾਰੀ ਵੀਰ ਆ ਚਾਹੇ ਕੋਈ ਹੋਰ ਸਪੈਸ਼ਲਿਸਟ ਹੈਗਾ ਡਾਕਟਰ ਸਾਹਿਬਾਨ ਨੇ, ਠੀਕ ਆ ਜੀ, ਮੈਡੀਕਲ ਲਾਈਨ ਦੇ ਵਿੱਚ ਜਿਹੜੇ ਵੀਰ ਹੈਗੇ ਆ,
ਉਹ ਤੁਸੀਂ ਜ਼ਰੂਰ ਜਿਹੜਾ ਕੋਈ ਵੀਰ ਇਨਫੋਰਮੇਸ਼ਨ ਜਾਂ ਟ੍ਰੀਟਮੈਂਟ ਸੰਬੰਧੀ ਕੋਈ ਗੱਲਬਾਤ ਦੱਸ ਸਕਦਾ ਉਹ ਤੁਸੀਂ ਦੱਸ ਦਿਓ ਵੀਰ ਗੁਰਪ੍ਰੀਤ ਦੇ ਨੰਬਰਾਂ 'ਤੇ ਅਤੇ ਜ਼ਰੂਰ ਜਿਹੜਾ ਭਲਾ ਹੋ ਜੂਗਾ ਦੋਸਤੋ ਇੱਕ ਬਿਲਕੁਲ ਨੌਂਬਰ ਨੌਂ ਜਿਹੜੀ ਠੀਕ ਹੋ ਜੂਗੀ ਬੈਡ ਅਤੇ ਉੱਠਣਾ ਬਹਿਣਾ ਜਿਹੜਾ ਥੋੜ੍ਹਾ ਇਹਦੇ ਲਈ ਥੋੜ੍ਹਾ ਡਿਫੀਕਲਟ ਆ ਅਤੇ ਇਹ ਜਿਹੜੀ ਗੱਲ ਦੋਸਤੋ ਜ਼ਰੂਰ ਆਪਾਂ ਕਰਨੀ ਸੀ ਅਤੇ ਗੁਰਪ੍ਰੀਤ ਵੀਰ ਕਿੰਨੇ ਕੁ ਟਾਈਮ ਤੋਂ ਵੇਖ ਰਹੇ ਜੇ ਕਿ ਪਿੱਛੋਂ ਇਸੇ ਤਰ੍ਹਾਂ ਹੀ ਆਈ ਆ ਇਹ ਆਪਾਂ ਜੀ ਇਵੇਂ ਹੀ ਲਿਆਂਦੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਉਹਨਾਂ ਕੋਲ ਵੀ ਕੋਈ ਪੱਕੀ ਥਾਂ ਤੇ ਬੱਜੀ ਰਹੀ ਆ ਹਾਂਜੀ ਪੱਕੀ ਥਾਂ ਤੇ ਬੱਜੀ ਰਹੀ ਆ ਪੱਕੀ ਤੇ ਬਹਿਣ ਕਰਕੇ ਹੋ ਗਿਆ ਹਾਂਜੀ ਡਾਕਟਰ ਨੂੰ ਪੁੱਛਿਆ ਸੀ ਉਹ ਕਹਿੰਦੇ ਪੱਕੀ ਤੇ ਬਹਿਣ ਕਰਕੇ ਉੱਠਣ ਕਰਕੇ ਹੋ ਗਿਆ ਹਾਂਜੀ ਉਹ ਮਾਸ ਦਾ ਜਿਵੇਂ ਕਹਿ ਲਿਆ ਨਾ ਵੀ ਅੰਦਰੋਂ ਜੇ ਡਾਕਟਰ ਸਾਹਿਬ ਨੇ ਦੱਸਿਆ ਵੀ ਕੋਈ ਝਿੱਲੀ ਹੁੰਦੀ ਅੰਦਰ ਇਹਦੀ ਉਹ ਪਾੜ ਗਈ ਆ ਹਾਂਜੀ ਬਿਲਕੁਲ ਬਿਲਕੁਲ ਜੇ ਵੀ ਕਿਸੇ ਵੀਰ ਨੂੰ ਇਹਦੇ ਬਾਰੇ ਕੋਈ ਨੌਲੇਜ ਹੋਵੇ ਉਹ ਆਪਣੇ ਨਾਲ ਫੋਨ ਤੇ ਜ਼ਰੂਰ ਸੰਪਰਕ ਕਰੇ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਬਿਲਕੁਲ ਅਬ ਨੋਰਮਲ ਆ ਠੀਕ ਆ ਜੀ ਕੋਈ ਵੀਰ ਨੋਰਮਲ ਕਰ ਸਕਦਾ ਜਾਂ ਇਸ ਸੰਬੰਧੀ ਕੋਈ ਗੱਲਬਾਤ ਦੱਸ ਸਕਦਾ ਉਹ ਤੁਸੀਂ ਜ਼ਰੂਰ ਕੰਟੈਕਟ ਕਰਕੇ ਵੇਰਵਾ ਦੇ ਦਿਓ ਅਤੇ ਬਹੁਤ ਬਹੁਤ ਮਿਹਰਬਾਨੀ ਹੋਊਗੀ ਉਸ ਵੀਰ ਦੀ ਵੀ ਜਿਹੜਾ ਕੋਈ ਦੱਸ ਦੂਗਾ ਟ੍ਰੀਟਮੈਂਟ ਠੀਕ ਆ ਜੀ ਜਾਂ ਕਿਸੇ ਨਾਲ ਹੰਡੀ ਬੀਤੀ ਹੋਵੇ ਤਾਂ ਉਹਨੇ ਬਿਲਕੁਲ ਸੈੱਟ ਕੀਤਾ ਹੋਵੇ ਆਪਣੇ ਪਸ਼ੂ ਅਤੇ ਆਪਣਾ ਤਜਰਬਾ ਜਿਹੜਾ ਤੁਸੀਂ ਜ਼ਰੂਰ ਮੈਨਸ਼ਨ ਕਰ ਸਕਦੇ ਜੇ ਕਿਉਂ ਵੀਰ ਗੁਰਪ੍ਰੀਤ ਹਾਂਜੀ ਹਾਂਜੀ ਠੀਕ ਹੈ ਭਰਾ ਅਤੇ ਨੰਬਰ ਬੋਲ ਦਈਏ ਆਪਣੇ ਨੰਬਰ ਆਪਣਾ 98031 ਹਾਂਜੀ 000 53 ਠੀਕ ਹੈ ਭਰਾ ਲਓ ਦੋਸਤੋ ਇਹ ਫਿਲਹਾਲ ਅੱਜ ਐਨੀਮਲਸ ਦੀ ਵੀਰ ਗੁਰਪ੍ਰੀਤ ਸਿੰਘ ਦੇ ਕੋਲ ਦੋ ਵਹਿਣਾ ਵਕਾਊ ਸੀਗੀਆਂ ਇੱਕ ਗੱਬਣ ਇੱਕ ਸੂਈ ਸਵਾਈ ਆ ਅਤੇ ਇੱਕ ਤੁਹਾਨੂੰ ਜਿਹੜੀ ਆਪਾਂ ਲਾਸਟ ਵਿੱਚ ਜਰਸੀ ਬਰੀਡ ਦੀ ਇਹ ਦੋਸਤੋ ਠੀਕ ਹੈ ਜੀ ਟ੍ਰੀਟਮੈਂਟ ਸੰਬੰਧੀ ਗੱਲਬਾਤ ਕਹੀ ਆ ਸਾਰੇ ਵੀਰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਅਤੇ ਜ਼ਰੂਰ ਵੀਰ ਨੂੰ ਇਨਫੋਰਮੇਸ਼ਨ ਦੇ ਦਿਓ ਜਾਣਕਾਰੀ ਦੇ ਦਿਓ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।